ਸਭ ਤੋਂ ਸਸਤਾ ਵੀ ਲਿਆ ਅਤੇ ਨਾਲੇ ਪੰਜਾਬ ਨੂੰ ਹੋਰ ਵੀ ਬਿਜਲੀ ਜਿਹੜੀ ਹੈ ਸਸਤੀ ਮਿਲੂਗੀ ਅਤੇ ਨਾਲ 6 ਮਿੰਟ 7 ਮਿੰਟ ਵੀ ਇਨਕੇ ਪਾਸ ਨਹੀਂ ਹੈ 7 ਮਿੰਟ। ਪਛਵਾੜਾ ਕੋਲ ਮਾਈਨ ਤੋਂ ਹੁਣ ਕੋਲੇ ਦੀ ਉਪਲਬਧਤਾ ਕਾਰਨ ਬਿਜਲੀ ਉਤਪਾਦਨ ਦੁੱਗਣੇ ਤੋਂ ਵੀ ਵੱਧ ਹੋ ਜੂਗਾ। ਚੱਲੇ ਨਾ ਚੱਲੇ ਅਸੀਂ ਤੁਹਾਨੂੰ ਪੈਸੇ ਦੇਣੇ ਦੇਣੇ ਨੇ। ਇਹਦੇ ਬਾਰੇ ਅਸੀਂ ਜਦੋਂ ਵਿਪਕਸ਼ 'ਚ ਹੁੰਦੇ ਸੀ ਉਦੋਂ ਵੀ ਮੁੱਦਾ ਉਠਾਇਆ ਸੀਗਾ। ਸਾਰੇ ਸਾਥੀ, ਪ੍ਰਿੰਟ ਮੀਡੀਆ ਤੋਂ, ਇਲੈਕਟ੍ਰੋਨਿਕ ਮੀਡੀਆ ਤੋਂ, ਸੋਸ਼ਲ ਮੀਡੀਆ 'ਤੇ, ਯੂਟਿਊਬ ਦੇ ਜਿੰਨੇ ਵੀ ਮੰਚ ਤੁਸੀਂ ਰੀਪ੍ਰਜੈਂਟ ਕਰਦੇ ਹੋ, ਨਵੇਂ ਸਾਲ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਔਰ ਤੁਹਾਡੇ ਜ਼ਰੀਏ, ਤੁਹਾਡੇ ਕੈਮਰਿਆਂ ਜ਼ਰੀਏ ਮੈਂ ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਨੂੰ ਨਵੇਂ ਵਰ੍ਹੇ 2024 ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਅਤੇ ਅਰਦਾਸ ਕਰਦਾ ਕਿ ਪਰਮਾਤਮਾ ਸਭ ਦੇ ਘਰ ਖੁਸ਼ੀਆਂ, ਤਰੱਕੀਆਂ ਅਤੇ ਤੰਦਰੁਸਤੀਆਂ ਲੈ ਕੇ ਆਵੇ। ਇਹ ਨਵਾਂ ਵਰ੍ਹਾ ਪੰਜਾਬ ਲਈ ਵੀ ਨਵਾਂ ਇਤਿਹਾਸ ਸਿਰਜਣ ਵਾਲਾ ਵਰ੍ਹਾ ਬਣੇ, ਨਵਾਂ ਵਿਕਾਸ, ਨਵੀਆਂ ਨੀਤੀਆਂ, ਵਿੱਦਿਆ ਦੇ ਚਾਨਣ ਫੈਲਣ ਔਰ ਸੁੱਖ ਸ਼ਾਂਤੀਆਂ ਪਰਮਾਤਮਾ ਬਖਸ਼ੇ। ਇਹੀ ਦੁਆ ਸਾਰਿਆਂ ਨੂੰ, ਇਹੀ ਅਰਦਾਸ ਕਰਦੇ ਹਾਂ ਸਾਰਿਆਂ ਲਈ। ਸੋ ਅੱਜ ਬੱਲੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਰੇ ਮੀਡੀਆ ਵੱਲੋਂ ਵੀ ਮੈਨੂੰ ਔਰ ਮੇਰੇ ਪਰਿਵਾਰ ਨੂੰ ਔਰ ਮੇਰੇ ਸਰਕਾਰ ਦੇ ਪਰਿਵਾਰ ਨੂੰ ਤੁਸੀਂ ਜਿਹੜਾ ਵਧਾਈਆਂ ਦੇ ਰਹੇ ਹੋ, ਕਿਉਂਕਿ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਮੰਨਿਆ ਜਾਂਦਾ ਮੀਡੀਆ ਨੂੰ। ਸੋ ਬੁਰਜੀਆਂ ਦੀ ਆਪਸ 'ਚ ਬਣਨੀ ਚਾਹੀਦੀ ਹੈ। ਸੋ ਜਿੰਨੇ ਵੀ ਬੁਰਜੀਆਂ ਨੇ, ਤੁਸੀਂ ਬੁਰਜੀਆਂ ਹੋ, ਥੰਮਲੇ ਹੋ ਤੁਸੀਂ, ਅਤੇ ਆਪਸ 'ਚ ਬਣਨੀ ਚਾਹੀਦੀ ਹੈ। ਔਰ ਮੈਨੂੰ ਉਮੀਦ ਵੀ, ਮੈਂ ਮਿੱਤਰ ਹਾਂ ਸਾਰੇ ਮੇਰੇ, ਤੁਸੀਂ ਬਹੁਤ ਚਿਰ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਕੈਮਰਿਆਂ ਰਾਹੀਂ ਮੈਂ ਲੰਘਿਆ ਹੋਇਆ, ਤੁਹਾਡੀਆਂ ਕਲਮਾਂ ਰਾਹੀਂ ਮੇਰਾ ਨਾਮ ਲਿਖਿਆ ਹੋਇਆ, ਤੁਸੀਂ ਬਹੁਤ ਬਹੁਤ ਧੰਨਵਾਦ। ਅੱਜ ਦਾ ਦਿਨ ਬੜਾ ਖੁਸ਼ੀ ਦਾ ਦਿਨ ਹੈ। ਨਵਾਂ ਸਾਲ ਤਾਂ ਹੈ ਹੀ, ਪਰ ਨਵੇਂ ਸਾਲ 'ਚ ਇੱਕ ਐਸੀ ਹਿਸਟਰੀ ਜਿਹੜੀ ਹੈ, ਇਤਿਹਾਸ ਲਿਖਿਆ ਜਾ ਰਿਹਾ ਪੰਜਾਬ ਵੱਲੋਂ, ਜਿਹੜਾ ਪਹਿਲਾਂ ਕਦੇ ਕਿਸੇ ਨੇ ਸੋਚਿਆ ਨਹੀਂ ਸੀ। ਆਮ ਤੌਰ 'ਤੇ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਬਦਲਦੀਆਂ ਦੇ ਨਾਲ ਉਹਨਾਂ ਦੇ ਮਿੱਤਰ ਵੀ ਬਦਲ ਜਾਂਦੇ ਆ, ਤਾਂ ਫਿਰ ਸਰਕਾਰਾਂ ਸਰਕਾਰੀ ਸੰਸਥਾਵਾਂ ਨੂੰ, ਸਰਕਾਰੀ ਅਦਾਰਿਆਂ ਨੂੰ ਘਾਟੇ ਵਿੱਚ ਸ਼ੋਅ ਕਰਕੇ ਆਪਣੇ ਪ੍ਰਾਈਵੇਟ ਮਿੱਤਰਾਂ ਨੂੰ ਵੇਚ ਦਿੰਦੇ ਆ। ਚਾਹੇ ਉਹਦੇ ਵਿੱਚ ਮੈਂ ਕੋਈ ਨਹਿਰੀ ਵਿਸ਼ਰਾਮ ਘਰ ਵੇਚੇ, ਹੋਰ ਬਹੁਤ ਸਾਰੀਆਂ ਬਿਲਡਿੰਗਾਂ ਵੇਚੀਆਂ, ਉਹਨਾਂ ਨੂੰ ਇਸ ਕੈਟਾਗਰੀ 'ਚ ਮੰਨ ਲਾਂ। ਪਰ ਜੋ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਉਹਨਾਂ ਦੀ ਪਾਰਟੀ 'ਤੇ, ਵਿਸ਼ਵਾਸ ਕੀਤਾ ਅਰਵਿੰਦ ਕੇਜਰੀਵਾਲ ਜੀ ਦੀਆਂ ਗਰੰਟੀਆਂ 'ਤੇ, ਵਿਸ਼ਵਾਸ ਕੀਤਾ ਸਾਡੇ MLA ਸਾਹਿਬਾਨਾਂ 'ਤੇ, ਤਾਂ ਬਹੁਤ ਭਾਰੀ ਬਹੁਮਤ 92 MLA ਦਾ ਦੇ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ, ਨਵੀਂ ਉਮੀਦ ਨਾਲ ਸਰਕਾਰ ਬਣਾਈ। ਔਰ ਸਰਕਾਰ ਜਿਹੜੀ ਹੈ ਉਹ ਹਰ ਰੋਜ਼ ਕੋਈ ਨਾ ਕੋਈ ਨਵਾਂ ਫੈਸਲਾ ਲੈ ਰਹੀ ਹੈ, ਲੋਕ ਪੱਖੀ ਫੈਸਲੇ ਲੈ ਰਹੀ। ਅੱਜ 1 ਜਨਵਰੀ 2024 ਨੂੰ ਮੈਂ ਤੁਹਾਨੂੰ ਖੁਸ਼ਖਬਰੀ ਦੇਣ ਲਈ ਆਇਆ ਕਿ ਆਮ ਤੌਰ 'ਤੇ ਸਰਕਾਰਾਂ
ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ, ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ। ਪੰਜਾਬ ਸਰਕਾਰ ਨੇ ਪ੍ਰਾਈਵੇਟ ਅਦਾਰਾ ਖਰੀਦਿਆ। GVK ਦਾ, ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ, ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਜੀ। ਇਹ ਪਹਿਲੀ ਵਾਰ ਹੋ ਰਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕੋਈ ਸਰਕਾਰ, ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋਂ ਚੱਲਦਾ ਨਹੀਂ, ਅਸੀਂ ਘਾਟੇ 'ਚ ਹਾਂ, ਤਾਂ ਅਸੀਂ ਕਿਹਾ ਕੋਈ ਗੱਲ ਨਹੀਂ, ਤੁਸੀਂ ਸਾਨੂੰ ਫੜਾਓ, ਅਸੀਂ ਚਲਾ ਕੇ ਦਿਖਾਉਂਦੇ ਹਾਂ। ਇਹ ਬਹੁਤ ਵੱਡੀ ਅਚੀਵਮੈਂਟ ਹੈ PSPCL ਦੀ। ਔਰ ਇਹਦੀ ਮੈਂ ਥੋੜ੍ਹੀ ਜਿਹੀ ਡਿਟੇਲ ਦੇਣੀ ਚਾਹੂੰਗਾ। 540 ਮੈਗਾਵਾਟ ਬਿਜਲੀ ਪੈਦਾ ਕਰਦਾ, ਰਨਿੰਗ ਹੈ, 540 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਅਤੇ 1080 ਕਰੋੜ ਰੁਪਏ 'ਚ ਖਰੀਦਿਆ, ਯਾਨੀ ਕਿ 2 ਕਰੋੜ ਰੁਪਈਆ ਪਰ ਮੈਗਾਵਾਟ। ਜਦਕਿ ਇਹ ਵੀ ਕਹਿਣਾ ਮੈਂ ਚਾਹੂੰਗਾ ਕਿ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੈ। ਇਹ ਤੋਂ ਪਹਿਲਾਂ ਜਿਹੜੇ ਪਲਾਂਟ ਖਰੀਦੇ ਗਏ ਨੇ, 600 ਮੈਗਾਵਾਟ ਦਾ ਸੀਗਾ ਇੱਕ ਕੋਬਰਾ ਬੈਸਟ, ਝਾਬੂਆ ਪਾਵਰ ਸੀ ਉਹ ਵੀ 600 ਮੈਗਾਵਾਟ ਦਾ ਸੀ, ਕੋਈ 1804 ਕਰੋੜ 'ਚ ਗਿਆ, ਕੋਈ 1910 ਕਰੋੜ 'ਚ ਗਿਆ, ਕੋਈ 2248 ਕਰੋੜ 'ਚ ਗਿਆ, ਕੋਈ 1818 ਕਰੋੜ 'ਚ ਗਿਆ। ਪੰਜਵੇਂ ਨੰਬਰ 'ਤੇ GVK PSPCL ਨੇ 540 ਮੈਗਾਵਾਟ ਦਾ 7 ਸਾਲ ਪੁਰਾਣਾ ਥਰਮਲ ਪਲਾਂਟ 1080 ਕਰੋੜ 'ਚ ਖਰੀਦਿਆ। ਸਾਡੀ ਬਣਦੀ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਐਵਰੇਜ ਖਰਚਾ, ਜਦਕਿ ਇਸ ਤੋਂ ਪਹਿਲਾਂ ਵਾਲੇ ਜਿਹੜੇ 4 ਨੇ ਕੋਈ 3 ਕਰੋੜ ਰੁਪਏ ਪਰ ਮੈਗਾਵਾਟ ਹੈ, ਕੋਈ 3.18 ਕਰੋੜ, ਕੋਈ 3.7 ਕਰੋੜ, ਕੋਈ 3.3 ਕਰੋੜ, ਸੋ 2 ਕਰੋੜ ਪਰ ਮੈਗਾਵਾਟ ਖਰੀਦਿਆ। ਹਜੇ ਇਹਦੀ 18-19 ਸਾਲ ਏਜ ਪਈ ਹੈ, ਪਰ ਉਹ ਵੱਧ ਜਾਂਦੀ ਹੁੰਦੀ ਹੈ, ਜੇ ਨਾਲ ਦੀ ਨਾਲ ਮੈਂਟੇਨੈਂਸ ਰਹੇ ਉਹ ਵੱਧ ਸਕਦੀ ਹੈ। ਇੱਕ ਇੱਥੇ ਬੜਾ ਤੁਹਾਨੂੰ ਇੱਕ ਕਮਾਲ ਦਾ ਪੁਆਇੰਟ ਦੱਸਣਾ ਚਾਹੂੰਗਾ ਕਿ ਅਸੀਂ ਪੰਜਾਬ ਸਰਕਾਰ ਜਿਹੜੀ ਉਹ ਕਿਵੇਂ ਲੋਕਾਂ ਦੇ ਇੱਕ ਇੱਕ ਪੈਸੇ ਦਾ ਧਿਆਨ ਰੱਖਦੀ। 2016 ਤੋਂ ਨਵੰਬਰ 2023 ਤੱਕ ਇਹਨਾਂ ਤੋਂ ਅਸੀਂ 11,165 ਮਿਲੀਅਨ ਯੂਨਿਟ ਖਰੀਦੇ, 7902 ਕਰੋੜ ਰੁਪਈਏ ਦਿੱਤੇ, ਕਿਉਂਕਿ PPA ਜਿਹੜੇ ਕਰਕੇ ਗਏ ਸੀ ਉਹੀ ਰਹੇ। ਔਰ 7902 ਕਰੋੜ 'ਚੋਂ 1718 ਕਰੋੜ ਉਹ ਹੈ ਜਦੋਂ ਇਹ ਚੱਲਿਆ ਹੀ ਨਹੀਂ, ਕਿਉਂਕਿ ਐਗਰੀਮੈਂਟ 'ਚ ਪਾ ਲਿਆ ਚੱਲੇ ਨਾ ਚੱਲੇ ਅਸੀਂ ਤੁਹਾਨੂੰ ਪੈਸੇ ਦੇਣੇ ਦੇਣੇ ਨੇ। ਇਹਦੇ ਬਾਰੇ ਅਸੀਂ ਜਦੋਂ ਵਿਪਕਸ਼ 'ਚ ਹੁੰਦੇ ਸੀ ਉਦੋਂ ਵੀ ਮੁੱਦਾ ਉਠਾਇਆ ਸੀਗਾ, 1718 ਕਰੋੜ ਖੜ੍ਹੇ ਦੇ ਹੀ ਦੇਤਾ, ਜਦਕਿ ਅਸੀਂ 1080 ਕਰੋੜ 'ਚ ਖਰੀਦ ਰਹੇ ਹਾਂ ਉਹਨੂੰ। ਔਸਤਨ ਯੂਨਿਟ ਜਿਹੜੀ ਕੀਮਤ ਇਹ ਤੋਂ ਪੈਂਦੀ ਰਹੀ 7.08 ਰੁਪਏ, ਜਦੋਂ ਅਸੀਂ ਲੈ ਲਿਆ ਤਾਂ ਪਛਵਾੜਾ ਕੋਲ ਮਾਈਨ 'ਚੋਂ ਸਾਡਾ ਕੋਲਾ ਆਊਗਾ, ਕੋਲਾ ਵੀ ਆਪਣਾ, ਤਾਂ 4.50 ਰੁਪਏ, 4.5 ਰੁਪਏ ਪਰ ਯੂਨਿਟ ਬਿਜਲੀ ਪਊਗੀ ਜੀ, ਯਾਨੀ ਕਿ ਲਗਭਗ 2.5 ਤੋਂ 2.60 ਰੁਪਏ ਤੱਕ ਸਾਡਾ ਘੱਟ ਹੋ ਜੂਗਾ ਜੀ। ਅਤੇ ਇਹਦੇ 'ਚ ਸਾਲ ਦੀ ਬੱਚਤ ਕਿੰਨੀ ਹੋਊਗੀ? 300-500 ਕਰੋੜ। ਆਹ ਚੀਜ਼, ਆਹ ਪੁਆਇੰਟ ਮੇਨ ਹੈ ਜੀ, ਕਿ ਅਸੀਂ
ਲੋਕਾਂ ਦੇ ਪੈਸੇ ਨੂੰ ਵੇਸਟ ਨਹੀਂ ਹੋਣ ਦੇਣਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਉਹਦੇ 'ਚੋਂ ਬਚਾਇਆ ਜਾਵੇ। ਇਹੀ 300 ਤੋਂ 500 ਕਰੋੜ ਦਾ ਤਨਖਾਹਾਂ ਦੇਵਾਂਗੇ, ਨਵੀਆਂ ਨੌਕਰੀਆਂ ਕੱਢਾਂਗੇ, ਉੱਥੇ ਪੈਸਾ ਲੱਗੂਗਾ, ਬਿਜਲੀ ਫ੍ਰੀ ਹੋਊਗੀ, ਸਬਸਿਡੀ ਬਿਜਲੀ ਬੋਰਡ ਦੀ 1 ਰੁਪਈਏ ਦੀ ਵੀ ਦੇਣਦਾਰੀ ਨਹੀਂ ਹੈਗੀ, ਮੈਂ ਦਸੰਬਰ ਵਾਲੀ ਵੀ ਦੇਤੀ ਨਾ, ਕੱਲ੍ਹ ਵਾਲੇ ਮਿਲ ਗਏ। ਕੱਲ੍ਹ ਤੱਕ ਤਾਂ ਆਪਾਂ ਅਪਡੇਟਡ ਹਾਂ, ਬਿਜਲੀ ਬੋਰਡ ਦੇ ਕੱਲ੍ਹ ਤੱਕ ਦੇ ਪੈਸੇ ਦੇ ਰੱਖੇ ਅਸੀਂ, ਜੋ ਸਬਸਿਡੀ ਦੇ ਬਣਦੇ 31 ਦਸੰਬਰ ਤੱਕ ਦੇ। ਅਤੇ ਇਹਦੇ ਨਾਲ ਇੱਕ ਹੋਰ ਜਿਹੜਾ ਫਾਇਦਾ ਹੋਇਆ, ਪਹਿਲਾਂ ਸਾਡੇ ਕੋਲ 2 ਥਰਮਲ ਪਲਾਂਟ ਸੀ ਸਰਕਾਰੀ, 3 ਸੀ ਪ੍ਰਾਈਵੇਟ, ਹੁਣ 3 ਸਰਕਾਰੀ ਹੋ ਗਏ, 2 ਪ੍ਰਾਈਵੇਟ ਰਹਿ ਗਏ। ਇਹਦਾ ਮਤਲਬ 33% ਤਾਂ PPA ਵੀ ਖਤਮ ਹੋ ਗਿਆ ਨਾ, ਜਦੋਂ ਹੁਣ ਖਰੀਦ ਹੀ ਲਿਆ ਸੀ ਤਾਂ ਉਹਦੇ ਨਾਲ ਪਾਵਰ ਪਰਚੇਜ ਐਗਰੀਮੈਂਟ ਕਾਹਦਾ ਰਹਿ ਗਿਆ ਹੁਣ। ਸੋ 33% ਉਹ ਹੋ ਗਿਆ ਖਤਮ। ਇਸ ਤੋਂ ਬਾਅਦ ਇਹ 30 ਜੂਨ ਨੂੰ ਮਾਨਸਾ ਦੇ ਵਿੱਚ ਕੈਬਨਿਟ ਮੀਟਿੰਗ ਹੋਈ ਸੀ, ਉਦੋਂ ਅਸੀਂ ਕੈਬਨਿਟ ਦੇ ਵਿੱਚ ਇਹਦੀ ਖਰੀਦਣ ਦੀ ਮਨਜ਼ੂਰੀ ਕੈਬਨਿਟ ਤੋਂ ਕਰਵਾਈ ਸੀ। ਫਿਰ ਬਾਅਦ ਦੇ ਵਿੱਚ ਬਲਦੇਵ ਸਿੰਘ ਸਰਾਂ ਜੀ ਜਿਹੜੇ CMD ਨੇ, ਉਹ ਫਾਰਮੈਲਿਟੀਆਂ ਕਾਗਜ਼, ਕਿਉਂਕਿ ਇਸ ਥਰਮਲ ਪਲਾਂਟ ਦੀ ਦੇਣਦਾਰੀਆਂ ਕਈ ਬੈਂਕਾਂ ਦੀਆਂ ਸੀ, ਉਹਨਾਂ ਬੈਂਕਾਂ ਨਾਲ ਵੀ ਗੱਲ ਹੋਈ, ਉਹਨਾਂ ਬੈਂਕਾਂ ਦੇ ਪੈਸੇ ਵੀ ਜਦੋਂ ਟ੍ਰਿਬਿਊਨਲ ਦੇ ਵਿੱਚ ਚੱਲਿਆ ਫੈਸਲਾ ਇਹਨੂੰ ਖਰੀਦਣ ਦਾ, ਤਾਂ ਉਹਦਾ ਵੀ ਸੈਟਅਪ ਹੋ ਗਿਆ, ਸਾਰਾ ਸੈਟਿੰਗ ਹੋ ਗਈ। ਪਛਵਾੜਾ ਕੋਲ ਮਾਈਨ ਤੋਂ ਹੁਣ ਕੋਲੇ ਦੀ ਉਪਲਬਧਤਾ ਕਾਰਨ ਬਿਜਲੀ ਉਤਪਾਦਨ 2 ਗੁਣੇ ਤੋਂ ਵੀ ਵੱਧ ਹੋ ਜਾਊਗਾ, ਕਿਉਂਕਿ ਕੋਲਾ ਸਾਡੇ ਕੋਲ ਆਪਣਾ। ਇੱਕ ਮੈਂ ਗੱਲ ਦੱਸ ਦਿੰਦਾ, ਜਿਹੜਾ ਪਛਵਾੜਾ ਕੋਲ ਮਾਈਨ ਹੈ ਜਿਹੜੀ ਪੰਜਾਬ ਦੀ, ਉਹਦੇ 'ਚੋਂ ਅਸੀਂ ਸਰਕਾਰੀ ਥਰਮਲ ਪਲਾਂਟ ਨੂੰ ਹੀ ਕੋਲਾ ਦੇ ਸਕਦੇ, ਪ੍ਰਾਈਵੇਟ ਨੂੰ ਨਹੀਂ ਦੇ ਸਕਦੇ। ਤਾਂ ਸਾਡੇ ਕੋਲ ਕੋਲਾ ਇੰਨਾ ਸੀ ਕਿ ਸਾਨੂੰ ਕਈ ਵਾਰੀ ਕੋਲ ਮਿਨਿਸਟਰੀ ਨੂੰ ਕਹਿਣਾ ਪੈਂਦਾ ਸੀ ਕਿ 15 ਕੁ ਦਿਨ ਸਾਨੂੰ ਰੁਕਣ ਦਿਓ, ਸਾਡੇ ਕੋਲ ਜਗ੍ਹਾ ਨਹੀਂ ਹੈਗੀ ਕੋਲਾ ਰੱਖਣ ਦੀ, 15 ਦਿਨਾਂ ਬਾਅਦ ਕੱਢਾਂਗੇ। ਹੁਣ ਜਦੋਂ 3ਜਾ ਸਾਡੇ ਕੋਲ ਆ ਗਿਆ ਤਾਂ ਹੁਣ ਉੱਥੋਂ ਲਗਾਤਾਰ ਕੋਲਾ ਆਊਗਾ। ਇਹਦਾ ਇਹਨੇ ਸਿਰਫ 7 ਰੁਪਏ 8 ਪੈਸੇ ਸਾਨੂੰ ਪੈਂਦਾ ਸੀ, 7902 ਕਰੋੜ ਰੁਪਏ ਪੇ ਕੀਤੇ, 1718 ਕੀਤੇ ਜਿਹੜੇ ਬਿਜਲੀ ਉਹ ਨਹੀਂ ਬਣਾਈ ਅਸੀਂ। ਅਤੇ ਪਲਾਂਟ ਦੀ ਕਪੈਸਿਟੀ 61% ਸੀ ਪਰ ਸਿਰਫ 34% ਹੀ ਚੱਲਿਆ ਜੀ, ਜਦੋਂ ਖੜ੍ਹੇ ਦੇ ਪੈਸੇ ਮਿਲਦੇ ਚਲਾਉਣ ਦੀ ਕੀ ਲੋੜ ਹੈ ਜੀ। ਫਿਰ ਅਸੀਂ ਇਹਨੂੰ ਹੁਣ ਕੋਲਾ, ਕਿਉਂਕਿ ਸਾਡੇ ਕੋਲ ਆਪਣਾ, 75 ਤੋਂ 80% 'ਤੇ ਲੈ ਕੇ ਜਾਵਾਂਗੇ ਆਉਣ ਵਾਲੇ ਦਿਨਾਂ 'ਚ ਬਸ। ਅਤੇ ਇਹਦਾ ਸਭ ਤੋਂ ਜਿਹੜਾ ਮੁੱਖ ਪੁਆਇੰਟ ਹੈ ਕਿ ਇਹਦਾ ਨਾਮ ਗੁਰੂ ਅਮਰਦਾਸ ਥਰਮਲ ਪਾਵਰ ਲਿਮਿਟਡ ਸ਼੍ਰੀ ਗੋਇੰਦਵਾਲ ਸਾਹਿਬ। ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਰਹੇ, ਉੱਥੇ ਉਹਨਾਂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ, ਸਤੀ ਪ੍ਰਥਾ ਖਤਮ ਕੀਤੀ। ਸੋ ਗੁਰੂ ਅਮਰਦਾਸ ਥਰਮਲ ਪਾਵਰ ਲਿਮਿਟਡ ਗੋਇੰਦਵਾਲ ਸਾਹਿਬ ਇਹਦਾ ਨਾਮ ਹੋਊਗਾ। ਇਹ 1992 'ਚ ਇੱਕ MOU ਰੂਟ ਸੀਗਾ, ਉਹਦੇ ਨਾਲ ਇਹਦੀ ਕਲਪਨਾ ਕੀਤੀ ਗਈ
92 'ਚ 2000 'ਚ 500 ਮੈਗਾਵਾਟ ਲਈ PPA ਅਤੇ ਸਾਈਨ ਹੋ ਗਏ 2006 'ਚ 540 ਮੈਗਾਵਾਟ ਦਾ MOU ਦਾ ਹੋਰ ਕਰ ਲਿਆ 2009 'ਚ 540 ਦਾ ਸੋਧਿਆ ਹੋਇਆ PPA ਕਰ ਲਿਆ 2016 'ਚ ਬਿਜਲੀ ਦਾ ਉਤਪਾਦਨ ਚਾਲੂ ਹੋਇਆ ਔਰ ਇੱਕ ਤੁਹਾਨੂੰ ਹੋਰ ਸੰਯੋਗ ਦੀ ਗੱਲ ਦੱਸ ਦਿੰਦਾ ਕਿ ਜਦੋਂ 2009 'ਚ 540 ਮੈਗਾਵਾਟ ਦਾ ਕੋਈ ਸੋਧਿਆ ਹੋਇਆ PPA ਕੀਤਾ ਸੀ ਤਾਂ ਗੋਇੰਦਵਾਲ ਸਾਹਿਬ ਇਸ ਥਰਮਲ ਪਲਾਂਟ ਦੇ ਅੰਦਰ ਇੱਕ ਫੰਕਸ਼ਨ ਹੋਇਆ ਸੀ ਅਤੇ ਮੈਂ ਬਤੌਰ ਕਲਾਕਾਰ ਉਸ ਫੰਕਸ਼ਨ 'ਚ ਪਰਫੋਰਮ ਕੀਤਾ ਸੀ ਅਤੇ ਅੱਜ ਮੈਂ ਬਤੌਰ ਮੁੱਖ ਮੰਤਰੀ ਉਸ ਥਰਮਲ ਪਲਾਂਟ ਨੂੰ ਖਰੀਦਣ ਜਾ ਰਿਹਾ ਜਿਹੜੇ ਕਹਿੰਦੇ ਭਗਵੰਤ ਮਾਨ ਦਿਹਾੜੀ ਕਰਦਾ ਰਹਿੰਦਾ 600 ਰੁਪਈਏ ਮਹੀਨੇ 'ਤੇ 600 ਰੁਪਈਏ ਪਰ ਡੇ ਉਹਨੂੰ ਕਹਿ ਦਿਓ ਕਿ ਦਿਹਾੜੀ ਵਾਲੇ ਕੰਮ ਕਰਨਾ ਜਾਣਦੇ ਹੁੰਦੇ ਆ ਸੋ ਜੇ ਅਸੀਂ ਦਿਹਾੜੀਆਂ ਕਰ ਕਰਕੇ ਇੱਥੇ ਆ ਗਏ ਤਾਂ ਪਰਮਾਤਮਾ ਤੋਂ ਇਹੀ ਮੰਗਦੇ ਹਾਂ ਕਿ ਸਮੱਤ ਬਖਸ਼ੇ ਪਰਮਾਤਮਾ ਸਾਨੂੰ ਦਿਹਾੜੀਆਂ ਕਰਨ ਦੀ ਲੋੜ ਪੈ ਗਈ ਕਿਉਂਕਿ ਅਸੀਂ ਜਿਸ ਵੇਲੇ ਦਿਵਾਲੀ ਵੇਲੇ ਮੈਂ 80-81 ਦੀ ਗੱਲ ਹੋਣੀ ਮੈਂ 7-8 ਸਾਲ ਦਾ ਸੀ ਤਾਂ ਦਿਵਾਲੀ ਤੋਂ ਮਹੀਨਾ ਪਹਿਲਾਂ ਬੇਬੇ ਚੀਮਾ ਮੰਡੀ ਤੋਂ ਆਟੇ ਦੇ ਬਿਸਕੁਟ ਕਢਾ ਕੇ ਲਿਆਉਂਦੀ ਹੁੰਦੀ ਸੀ ਪੀਪੇ 'ਚ ਜਿਸ ਵੇਲੇ ਅਸੀਂ ਆਟੇ ਦੇ ਬਿਸਕੁਟ ਖਾਂਦੇ ਸੀ ਉਸ ਵੇਲੇ ਆ ਜਿਹੜੇ ਮੈਨੂੰ ਮਿਹਣੇ ਮਾਰਦੇ ਆ ਇਹ ਉਦੋਂ ਸੋਨੇ ਦੇ ਬਿਸਕੁਟਾਂ 'ਚ ਖੇਡਦੇ ਹੁੰਦੇ ਸੀ ਕਿਉਂਕਿ ਸਾਡੇ ਬਾਪੂਆਂ ਨੇ ਸਮਗਲਿੰਗ ਨਹੀਂ ਕੀਤੀ ਇਸ ਕਰਕੇ ਅਸੀਂ ਆਟੇ ਵਾਲੇ ਬਿਸਕੁਟ ਆਉਣੇ ਆ ਜੀ ਅਤੇ ਆਪਦੇ ਤੁਸੀਂ ਆਪਦੇ ਸੋਨੇ ਵਾਲੇ ਤੁਸੀਂ ਆਪਣੇ ਸਾਂਭ ਕੇ ਰੱਖ ਲਓ ਸੋ ਵੱਡੇ ਵੱਡੇ ਗਰੁੱਪ ਜਿਹੜੇ ਨੇ ਉਹ ਇੰਟਰਸਟਿਡ ਸੀ ਪਰ ਸਾਡੀ ਸੱਚੀ ਨੀਅਤ ਨੂੰ ਸਾਡੀ ਪੰਜਾਬ ਪ੍ਰਤੀ ਸੇਵਾ ਨੂੰ ਪਰਮਾਤਮਾ ਨੇ ਫੜ ਲਾਇਆ ਅਤੇ ਗੁਰੂ ਅਮਰਦਾਸ ਥਰਮਲ ਪਾਵਰ ਲਿਮਿਟਡ ਗੋਇੰਦਵਾਲ ਸਾਹਿਬ ਹੁਣ ਸਰਕਾਰ ਦਾ ਹੋ ਗਿਆ ਅਤੇ ਸਮੇਂ ਸਮੇਂ 'ਤੇ 3 ਮੁੱਖ ਮੰਤਰੀਆਂ ਨੇ ਸਰਦਾਰ ਬੇਅੰਤ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਨਾਲ MOU ਦੇ ਸਮਝੌਤੇ ਕੀਤੇ ਪਰ ਪਤਾ ਨਹੀਂ ਹੁਣ ਕੀ ਕੀਤੇ ਹੋਣਗੇ ਉਹ ਨਹੀਂ ਕਰ ਸਕਦੇ ਇੱਕ ਹੋਰ ਪੁਆਇੰਟ ਹੈ 1 ਜਨਵਰੀ 2018 ਨੂੰ ਪਿਛਲੀ ਸਰਕਾਰ ਨੇ ਖਜ਼ਾਨਾ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਅਗਵਾਈ 'ਚ 1 ਜਨਵਰੀ 2018 ਨੂੰ ਬਠਿੰਡੇ ਦਾ ਥਰਮਲ ਪਲਾਂਟ ਅਤੇ ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਕੀਤੇ ਸੀ ਅਤੇ 1 ਜਨਵਰੀ 2024 ਨੂੰ ਅਸੀਂ ਨਵਾਂ ਥਰਮਲ ਪਲਾਂਟ ਖਰੀਦ ਰਹੇ ਆਹ ਨੀਅਤ ਦਾ ਫਰਕ ਹੁੰਦਾ ਬਸ ਜਿਹਨੇ ਐਂ ਕਹੀ ਜਾਣਾ ਖਜ਼ਾਨਾ ਖਾਲੀ ਹੈ ਫਿਰ ਰੱਬ ਵੀ ਨਹੀਂ ਬਰਕਤ ਪਾਉਂਦਾ ਫਿਰ ਜੇ ਹੋਵੇ ਨੀਅਤ ਤਾਂ ਥਰਮਲ ਪਲਾਂਟ ਵੀ ਅਸੀਂ ਵੱਡੇ ਵੱਡੇ ਜਿਹੜੇ ਗਰੁੱਪ ਸੀ ਉਹਨਾਂ ਤੋਂ ਬਿੱਡ ਕਰਕੇ ਅਸੀਂ ਸਭ ਤੋਂ ਸਸਤਾ ਵੀ ਲਿਆ ਅਤੇ ਨਾਲੇ ਪੰਜਾਬ ਨੂੰ ਹੋਰ ਵੀ ਬਿਜਲੀ ਜਿਹੜੀ ਹੈ ਸਸਤੀ ਮਿਲੂਗੀ ਅਤੇ ਨਾਲ ਜਿਹੜੇ PPA ਸੀਗੇ ਉਹ ਰੱਦ ਹੋ ਗਏ ਜੇ ਕੋਈ ਤੁਹਾਡਾ ਸਵਾਲ ਹੋਵੇ ਇਹਦੇ ਵਾਸਤੇ ਅਜੇ ਇੱਕ ਵਾਰੀ ਫਿਰ ਇੱਦਾਂ ਹੀ ਬੈਠਾਂਗੇ ਕਾਗਜ਼ ਲਈ ਕਾਗਜ਼ ਆ ਜਾਣ ਹੱਥ 'ਚ ਬਸ ਫਿਰ ਹੋ ਜਾਵੇ ਦੇਖੋ ਕਿਉਂਕਿ ਲਗਭਗ 18,000 ਕਰੋੜ ਦੀ ਤਾਂ ਸਬਸਿਡੀ ਹੈ ਖੇਤਾਂ ਦੀ ਉਸ ਤੋਂ ਬਾਅਦ ਫਿਰ 90% ਘਰਾਂ ਨੂੰ ਬਿਜਲੀ ਦੇ ਬਿੱਲ 0 ਆਉਂਦੇ ਨੇ ਅਸੀਂ ਇੱਕ ਦੇਸ਼ ਦਾ ਸਭ ਤੋਂ ਸਸਤਾ ਸੌਦਾ ਸੋਲਰ ਦਾ ਵੀ ਕੀਤਾ ਇੱਕ ਕੰਪਨੀ ਨਾਲ 2.54 ਰੁਪਏ ਪਰ ਯੂਨਿਟ 1100 ਮੈਗਾਵਾਟ ਸੋ 540 ਸਾਡੀ ਜਿਹੜੀ ਹੈ ਉਹ ਵੱਧ ਚੁੱਕੀ ਹੈ ਬਿਲਕੁਲ ਜਦੋਂ ਸਾਨੂੰ ਸਸਤੀ ਪਊਗੀ ਅਸੀਂ ਇੰਡਸਟਰੀ ਨੂੰ ਸਸਤੀ ਦੇ ਦਾਂਗੇ ਜਦੋਂ ਜੇ ਸਾਨੂੰ 7 ਰੁਪਏ 8 ਪੈਸੇ ਪੈ ਰਹੀ ਹੈ ਤਾਂ ਅਸੀਂ ਫਿਰ ਕੀ ਕਰੀਏ ਫਿਰ ਸੋ ਜੇ ਸਾਨੂੰ 4 ਰੁਪਏ 50 ਪੈਸੇ ਪੈਣ ਲੱਗੀ ਅਸੀਂ ਕੀ ਕਰਨਾ ਅਸੀਂ ਤਾਂ ਲੋਕਾਂ ਨੂੰ ਵੱਧ ਤੋਂ ਵੱਧ ਫੈਕਟਰੀ ਆਵੇ ਜੇ ਸਸਤੀ ਪਾਵਰ ਕਰਕੇ ਮੇਰੇ ਕੋਲ
ਪੰਜਾਬ ਦੇ ਵਿੱਚ ਇਨਵੈਸਟਮੈਂਟ ਆਉਂਦੀ ਹੈ ਕਈ ਹਜ਼ਾਰਾਂ ਕਰੋੜਾਂ ਦੀ ਅਤੇ ਲੋਕਾਂ ਨੂੰ ਰੁਜ਼ਗਾਰ ਮਿਲਦਾ, ਸਾਨੂੰ ਕੀ ਮਾੜਾ? ਅਸੀਂ ਕਿਹੜਾ ਕੋਈ PPA ਕਰਨਾ? ਹਾਂ, ਬਾਕੀ ਜਿਹੜੇ ਦੋ ਰਹਿ ਗਏ ਹੁਣ, ਦੋ ਹੀ ਰਹਿ ਗਏ ਹੁਣ ਤਾਂ, ਸੋ ਦੋ ਰਹਿ ਗਏ ਉਹਨਾਂ ਦਾ ਵੀ ਅਸੀਂ ਦੇਖ ਰਹੇ ਹਾਂ ਕਿ ਬਲਕਿ ਕੁਛ ਪਾਵਰ ਪਰਚੇਜ ਐਗਰੀਮੈਂਟ ਸੋਲਰ ਦੇ ਵੀ ਹੋਏ ਹੋਏ ਨੇ ਅਤੇ ਉਹਨਾਂ ਦੇ ਮਾਲਕ ਵੀ ਉਹੀ ਨੇ, ਉਹ ਜਿਹੜੇ ਬੋਲਦੇ ਹੁੰਦੇ ਆ ਅਤੇ ਹੈਂ ਬੋਲਦੇ ਕੌਣ ਕੌਣ ਹੈਂ ਘੋੜਿਆਂ ਵਾਲੇ ਸੋ ਉਹੀ ਮਾਲਕ ਨੇ, ਉਹਨਾਂ ਨਾਲ 15-15 ਰੁਪਈਏ, 16-16 ਰੁਪਈਏ, 17-17 ਰੁਪਈਏ ਪਰ ਯੂਨਿਟ ਐਗਰੀਮੈਂਟ ਹੋਏ ਹੋਏ ਨੇ, ਕਿਉਂਕਿ ਇੱਧਰੋਂ ਵੀ ਆਪ ਹੀ ਸਾਈਨ ਕਰਨੇ ਸੀ, ਉੱਧਰੋਂ ਵੀ ਆਪ ਹੀ ਸਾਈਨ ਕਰਨੇ ਸੀ, ਆਪਦੀਆਂ ਕੰਪਨੀਆਂ ਸੀ, ਆਪ ਹੀ ਸਾਈਨ ਕਰਨੇ ਸੀ, ਕਰ ਰਹੇ ਹਾਂ। ਆਹ ਕੀ ਹੈ? ਆਹ ਕਿਹੜਾ ਕਲਰ ਹੈ? ਆਹ ਕਿਹੜਾ ਪੇਪਰ ਹੈ? ਵਾਈਟ ਪੇਪਰ ਹੈ, ਲੈ ਪੜ੍ਹ ਲਈ ਸਾਰਾ ਕੁਛ ਭਾਈ, ਕਿੰਨੇ ਰੁਪਈਆਂ 'ਚ ਪਈ ਹੈ ਬਿਜਲੀ, ਕਿੰਨੇ ਰੁਪਈਆਂ 'ਚ ਪਹਿਲਾਂ ਮਿਲਦੀ ਸੀ, ਕਿੰਨੇ ਰੁਪਈਆਂ 'ਚ ਹੁਣ ਪਿਆ ਕਰੂਗੀ? ਵਾਈਟ ਪੇਪਰ ਯਾਰ, ਇਹ ਕਿਹੜਾ ਯੈਲੋ ਪੇਪਰ ਹੈ? ਹੈਂਜੀ ਕੌਣ ਜੀ? ਨਹੀਂ, ਜਿਹੜਾ ਅਸੀਂ ਥਰਮਲ ਪਲਾਂਟ ਖਰੀਦ ਲਿਆ ਉਹਦਾ ਤਾਂ ਕੋਈ ਸਟੈਂਡ ਨਹੀਂ, ਹੁਣ ਉਹ ਤਾਂ ਖਤਮ ਹੋ ਗਿਆ, ਜਿਹੜੇ ਦੋ ਹੈਗੇ ਨੇ ਉਹਨਾਂ ਦੀ ਜਾਂਚ ਕਰਾਂ। ਦੇਖੀਏ, ਜੋ ਫੋਟੋ ਵਾਲਾ ਸੁਨੀਲ ਜਾਖੜ ਜੀ ਨੇ ਬੋਲਾ ਥਾ, ਮੈਨੇ ਪਹਿਲੇ ਵੀ ਉਸ ਦਿਨ ਵੀ ਬੋਲਾ ਥਾ, ਉਹ ਨਏ ਨਏ BJP ਮੇਂ ਗਏ ਹੈ, ਅਭੀ ਇਤਨੇ ਕਾਨਫੀਡੈਂਸ ਸੇ ਝੂਠ ਬੋਲ ਨਹੀਂ ਪਾ ਰਹੇ ਵੋ, ਤੋ ਅਭੀ ਧੀਰੇ ਧੀਰੇ ਸਿੱਖ ਜਾਏਂਗੇ, ਕਿਉਂਕਿ ਵਹਾਂ ਤੋ ਸਕ੍ਰਿਪਟ ਆਤੀ ਹੈ ਲਿਖ ਕੇ ਕਿ ਯੇ ਬੋਲ ਦੋ, ਤੋ ਮੈਂ ਜਬ ਦੇਖ ਰਹਾ ਥਾ ਤੋ ਉਨਕੇ ਹੋਂਟ ਕਾਮ ਰਹੇ ਥੇ, ਕੋਈ ਬਾਤ ਨਹੀਂ, ਮੇਰੀ ਹਮਦਰਦੀ ਹੈ ਉਨਕੇ ਸਾਥ, ਤੋ ਯੇ ਤੋ BJP ਨੇ ਵੀ ਕਲੀਅਰ ਕਰ ਦਿਆ, ਮਨੀਸ਼ਰ ਸਾਹਿਬ ਨੇ, ਕਿ ਯੇ ਉਨਕੀ ਨਿੱਜੀ ਸੋਚ ਹੈ, ਜਬ ਪਾਰਟੀ ਨੇ ਕਿਸੀ ਨੇ ਕਿਨਾਰਾ ਕਰਨਾ ਹੋ ਨਾ ਕਿਸੀ ਬਾਤ ਸੇ, ਤੋ ਯੇ ਹੀ ਹੋਤਾ ਨਾ ਕਿ ਯੇ ਉਨਕੀ ਨਿੱਜੀ ਸੋਚ ਹੈ। ਅਬ ਫੋਟੋ ਵਾਲੀ ਵੀ ਸੋਚ ਨਿੱਜੀ ਹੋ ਸਕਦੀ ਹੈ? ਤੋ ਫਿਰ ਮੈਨੇ ਕਿਹਾ ਥਾ ਕਿ ਆਪ ਸਬੂਤ ਦੇ ਦਿਓ, ਕਿਸ ਡਿਜ਼ਾਈਨ ਮੇਂ ਹਮਾਰੀ ਡਿਪਾਰਟਮੈਂਟ ਜਾਂ ਅਰਵਿੰਦ ਜੀ ਕੀ ਜਾਂ ਮੇਰੀ ਫੋਟੋ ਵਾਲਾ ਡਿਜ਼ਾਈਨ ਕਹੀਂ ਪੇਸ਼ ਕਿਆ ਹੋ, ਮੈਂ ਰਾਜਨੀਤੀ ਛੋੜ ਦੂੰ, ਇਸ ਜ਼ਿਆਦਾ ਕਿਆ ਕਹਿ ਸਕਦਾ ਹਾਂ, ਲੇਕਿਨ ਉਨਕਾ ਜਵਾਬ ਨਹੀਂ ਆਇਆ, ਕੋਈ ਬਾਤ ਨਹੀਂ, ਤੋ ਆਪ ਧੀਰੇ ਧੀਰੇ ਝੂਠ ਬੋਲਣਾ ਸਿੱਖ ਰਹੇ ਹਾਂ। ਦੂਸਰਾ ਆਪਕਾ ਸਵਾਲ ਹੈ, ਹਮ ਰਿਜੈਕਟਡ ਕੈਟੇਗਰੀ ਮੇਂ ਕਿਉਂ ਭੇਜੇ ਭਗਤ ਸਿੰਘ ਕੋ, ਮਾਈ ਭਾਗੋ ਜੀ ਕੋ, ਕਰਤਾਰ ਸਿੰਘ ਸਰਾਭਾ ਜੀ ਕੋ, ਮਹਾਰਾਜਾ ਰਣਜੀਤ ਸਿੰਘ ਜੀ ਕੋ, ਲਾਲਾ ਲਾਜਪਤ ਰਾਏ ਜੀ ਕੋ, ਜਲਿਆਂਵਾਲੇ ਬਾਗ ਕਾ ਜੋ ਸਾਕਾ ਥਾ ਉਸਕੋ, ਹਮ ਕਿਆ ਰਿਜੈਕਟਡ ਕੈਟੇਗਰੀ ਮੇਂ ਭੇਜ ਦੇਂਗੇ? ਕਿ ਜੀ ਉੱਧਰ ਤੋਂ ਆ ਨਹੀਂ ਪਾਈ, ਇੱਧਰ ਦਿਖਾ ਦੇਂਗੇ, ਕਿਉਂ? ਫਿਰ ਮੈਂ ਨਹੀਂ ਦਿਖਾ ਦੂੰਗਾ ਦਿੱਲੀ ਮੇਂ, ਮੈਂ ਲੈ ਜਾਊਂਗਾ ਦਿੱਲੀ ਮੇਂ ਤੀਨੋਂ ਜਾਕੀਓਂ ਕੋ, ਪੂਰੀ ਦਿੱਲੀ ਕੀ ਸੜਕੋਂ ਪੇ ਦਿਖਾਊਂਗਾ, ਮੈਂ ਲਾਲ ਕਿਲ੍ਹਾ ਪੇ, ਸਿਰਫ ਲਾਲ ਕਿਲ੍ਹਾ ਪੇ ਕਿਉਂ ਦਿਖਾਊਂਗਾ, ਪੰਜਾਬ ਮੇਂ ਵੀ ਦਿਖਾਊਂਗਾ, ਅਗਰ ਹਮ ਹਮਾਰੇ ਬਿਨਾਂ ਪੰਜਾਬ ਕੀ ਝਾਕੀ ਕੇ ਬਿਨਾਂ 15 ਅਗਸਤ ਔਰ 26 ਜਨਵਰੀ ਕੀ ਕਲਪਨਾ ਕੈਸੇ ਕਰ ਲਈ ਇਨ ਲੋਗੋਂ ਨੇ, ਮਤਲਬ ਹੈਰਾਨੀ ਕੀ ਹੱਦ ਹੈ, ਕੌਣ ਕੌਣ ਚੁਣਤਾ ਹੈ ਜੀ ਇਹ,
ਕ੍ਰਾਈਟੇਰੀਆ ਕਿਆ ਹੈ ਇਸਕਾ? ਯੇ ਦੋ ਦੋ ਡਿਜ਼ਾਈਨ ਦੀਏ ਰਾਊਂਡ, ਜੇ ਦੂਸਰੇ ਰਾਊਂਡ ਮੇਂ ਪਹੁੰਚ ਗਈ, ਜੇ ਤੀਸਰੇ ਰਾਊਂਡ ਮੇਂ ਪਹੁੰਚ ਗਈ, ਯੇ ਕੋਈ ਟੂਰਨਾਮੈਂਟ ਹੋ ਰਿਹਾ? 8 ਛੋੜੇ, 20 ਸਿਲੈਕਟ ਕੀ, 8 ਸਟੇਟ ਰਹਿ ਗਈ, ਚਲੋ 2-4 ਯੂਟੀ ਹੋਗੇ, 30-40 ਸੈਕਿੰਡ ਕੀ ਜਾਕੀ ਹੈ, ਤੋ 400 ਸੈਕਿੰਡ, ਮਤਲਬ 6 ਮਿੰਟ, 7 ਮਿੰਟ ਵੀ ਇਨਕੇ ਪਾਸ ਨਹੀਂ ਹੈ, 7 ਮਿੰਟ। ਪਤਾ ਨਹੀਂ ਕੌਣ ਹੈ ਕਿ ਜੋ ਭਗਤ ਸਿੰਘ ਕੋ ਰਿਜੈਕਟ ਕਰਤਾ ਹੈ, ਜਾਂ ਪੰਜਾਬ ਕੇ ਕਲਚਰ ਕੋ ਰਿਜੈਕਟ ਕਰਤਾ ਹੈ, ਪਤਾ ਨਹੀਂ ਕੌਣ ਬਿਠਾ ਰੱਖਿਆ ਵਹਾਂ ਪੇ। ਕੋਈ ਬਾਤ ਨਹੀਂ, ਹਮ ਤੋ ਪੰਜਾਬ ਕੇ ਸ਼ਹੀਦੋਂ ਕਾ ਸਨਮਾਨ ਕਰਤੇ ਹੈ, ਹਮ ਉਨਕੋ ਸਨਮਾਨ ਦੇਣਾ ਜਾਣਤੇ ਹੈ, ਬੀਜੇਪੀ ਸੇ ਹਮੇਂ ਕੋਈ NOC ਕੀ ਜ਼ਰੂਰਤ ਨਹੀਂ। ਇਸਮੇ ਇੰਡੀਆ ਕੀ ਜੋ ਮੀਟਿੰਗ ਹੋਤੀ ਹੈ, ਉਸਮੇ ਅਗਲੀ ਮੀਟਿੰਗ ਮੇਰੀ ਜਲਦੀ ਹੋਗੀ, ਉਸਮੇ ਜੋ ਵਹਾਂ ਪੇ ਡਿਸਕਸ਼ਨ ਹੋਗਾ, ਉਸਕੇ ਬਾਅਦ ਹੀ ਪਤਾ। ਦੇਖੋ, ਹਮ ਤੋ ਦੇਸ਼ ਕੇ ਲੀਏ ਲੜ ਰਹੇ ਹੈ, ਅਬ ਦੇਸ਼ ਸੰਵਿਧਾਨ ਬਚੇਗਾ ਤੋ ਦੇਸ਼ ਬਚੇਗਾ, ਸੰਵਿਧਾਨ ਬਚੇਗਾ ਤੋ ਪਾਰਟੀਆਂ ਬਚੇਗੀ। ਅਤੇ ਹੁਣ ਕੀ ਹੋਇਆ ਹੈ ਉਹਨਾਂ ਦਾ, ਨਹੀਂ ਹੁਣ ਕੀ ਹੋਇਆ ਹੈ, ਮੈਂ ਕਹਿੰਦਾ ਜੀ ਤੁਸੀਂ ਪੰਜਾਬ ਅਤੇ ਦਿੱਲੀ 'ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ, ਏਕ ਥੀ ਕਾਂਗਰਸ।